ਇਹਨੂੰ ਮੈਂ 6 ਘੰਟੇ ਪਹਿਲੇ ਫੋਨ ਕੀਤਾ, ਮੈਂ ਕਿਹਾ ਚੰਗੀ ਤਰ੍ਹਾਂ ਨਹਾ ਕੇ ਤਿਆਰ ਹੋ ਕੇ ਆਉਣਾ, ਤੇ ਇਹ ਨਹਾ ਕੇ ਤਿਆਰ ਹੋ ਕੇ ਆਇਆ, ਉਸ ਤੋਂ ਪਹਿਲੇ ਦਾ ਆਲਮ ਦੇਖੋ ਕੀ ਹੋਏਗਾ। ਸਾਰੇ ਏਡਾ ਮੌਜੀ ਇਨਸਾਨ ਨੇ, ਸਿਰ ਚ ਖਾਰਿਸ਼ ਕਰਦੇ ਆ, ਹੱਥ ਚ ਜੂ ਆ ਗਈ, ਤੈਨੂੰ ਮੌਜ ਕਰ ਫਿਰ ਸਮਝ ਆਈ ਆ। ਇਹ ਸਰ ਬੜੇ ਵੱਡੇ ਬਦਮਾਸ਼ ਹੋਏ ਨੇ, ਕੱਲ ਦਾ ਕੂਆ ਸੁਣੋ ਜੀ ਜੀ, ਗਲੀ ਚ ਬੱਚਾ ਗੋਲਾ ਖਾ ਰਿਹਾ, ਉਹਦੀ ਕੰਨ ਪੜੀ ਤੇ ਪਸਤੌਲ ਰੱਖ ਕੇ ਉਹਦਾ ਸਾਰਾ ਗੋਲਾ ਚੂਪ ਲਿਆ। ਪਹਿਲੇ ਤਾੜੀਆਂ ਰੋਕ ਲੈਂਦੇ, ਉਹਦਾ ਕ੍ਰੈਡਿਟ ਉਹਨੂੰ ਪੂਰਾ ਮਿਲਣ ਦੇ ਪਹਿਲੇ। ਇਹ ਫੁੱਲ ਤਿਆਰ ਹੋ ਕੇ ਆਇਆ, ਨਹੀਂ ਸਾਡੇ ਵੱਲੋਂ ਵੀ ਆਇਆ ਨਾਲ ਹੀ, ਮੇਰਾ ਭਰਾ ਵੀ ਆ, ਸਾਰੇ ਮੇਰੇ ਭਰਾ ਨੇ। ਤੇਰਾ ਨਾਂ ਕੀ ਸੁਣੇ? ਰੋਬਨ। ਰੋਬਨ, ਅੱਛਾ ਰੋਬਨ ਦਾ ਮਤਲਬ ਪਤਾ ਕੀ ਹੁੰਦਾ? ਰੋਬਨ ਰੋਬਨ ਬਨ, ਰੋਬਨ ਬਨ, ਕੁਛ ਬਨ। ਰੋਬਨ, ਰੋਬਨ ਗੋਸ਼ ਇੱਕ ਆਰਟਿਸਟ ਵੀ ਸੀ, ਸ਼ਬਨਮ ਦਾ ਬੰਦਾ। ਹਾਂ ਸਹੀ ਗੱਲ ਆ। ਮਧੁਬਨ ਮੇਰਾ ਦਿਕਾ ਨਾਚ ਰੇ ਮਧੁਬਨ, ਇਹ ਰਾਗ ਅਮੀਰ ਆ, ਜਿਹਨੂੰ ਮਰਜ਼ੀ ਪੁੱਛ ਲਈ, ਬਹੁਤ ਦੁਨੀਆਂ 'ਚ ਵੇਖਿਆ ਜਾਂਦਾ। ਅਤੇ ਕੁਛ ਲੋਕ ਸਾਡੇ ਉਰਦੂ ਸਪੀਕਿੰਗ ਵੀ ਨੇ, ਉਹਨਾਂ ਨੂੰ ਫਿਰ ਮੈਂ ਸਮਝਾ ਦਿੰਦਾ, ਉਹਨਾਂ ਅੱਛੀ ਗੱਲ ਹੋਵੇ ਕਿ ਯਾਰ ਭਾਈ ਨੇ ਇਹ ਗੱਲ ਕਹੀ ਹੈ। ਇਹਨਾਂ ਨੇ ਕਿਹਾ ਜੀ ਕਿ ਖਾਰਿਸ਼ ਕਰ ਰਿਹਾ ਸਿਰ 'ਚ, ਅਤੇ ਅੱਜ ਜੂ ਆ ਗਈ, ਤੈਨੂੰ ਤਰਸ ਆ ਗਿਆ ਕਿ ਨਹੀਂ? ਕਹਿੰਦਾ ਜਾ ਮੌਜ ਕਰ। ਫਿਰ ਉੱਥੇ ਰੱਖ, ਫਿਰ ਉੱਥੇ ਰੱਖ ਕੇ ਬਲਕਿ ਇੰਜ ਵੀ ਕੀਤਾ ਕਿ ਜ਼ਰਾ ਰੱਚ ਜਾਵੇ। ਹਾਂਜੀ, ਰਾਗਦਾਰੀ ਦੇ ਬਾਰੇ 'ਚ, ਰਾਗਦਾਰੀ ਦੇ ਬਾਰੇ ਬੇਟਾ ਮੈਂ ਇੱਥੇ ਮਤਲਬ ਕਿ ਮਿਊਜ਼ਿਕ ਦਾ ਪ੍ਰੋਗਰਾਮ ਕਰ ਰਿਹਾ। ਹੁਣ ਮੈਂ ਤੈਨੂੰ ਗਾਣਾ ਸੁਣਾਵਾਂ, ਸੁਣ ਲਾ, ਰਾਗ ਅਮੀਰ 'ਚ ਗਾਣਾ ਸੁਣ ਲਾ। ਮਧੁਬਨ ਮੇਰਾ ਦਿਕਾ ਨਾਚ ਰੇ ਮਧੁਬਨ, ਇਹ ਰਾਗ ਅਮੀਰ ਆ, ਜਿਹਨੂੰ ਮਰਜ਼ੀ ਪੁੱਛ ਲਈ, ਰਾਗ ਹਰਨੀ ਉਹ ਏਡਾ ਹੀ ਤਾੜੀਆਂ ਕਾਹਦੀਆਂ ਬੇਟੇ? ਮੈਂ ਯਾਦ ਕੀਤਾ ਤਾੜੀਆਂ ਕਾਹਦੀਆਂ? ਤਾੜੀ ਪਿੱਛੇ ਮਾਰਦੇ ਮਾਰਦੇ 100 ਵਾਲਾ ਆ ਜੇ ਤੇ ਤਾੜੀ ਮਾਰਕ ਦੇ ਵਿੱਚ ਰੱਖ ਲੈਂਦੇ ਨੇ, ਬਾਅਦ 'ਚ ਤਾੜੀ ਰੋਕ ਲੈਣੀ। ਅੱਛਾ ਨਾਦਰੇ, ਜਿਹੜੇ ਫੈਸਲਾਬਾਦ ਦੇ ਲੋਕ ਨੇ ਉਹ ਤਾਂ ਜਾਣਦੇ ਹੋਣਗੇ, ਇੱਥੇ ਤਾਂ ਨਾ ਐਕਸੈਂਟ ਬਹੁਤ ਆਲਾ, ਹਰ ਮਹੱਲੇ ਦਾ ਇੱਕ ਐਕਸੈਂਟ ਹੁੰਦਾ, ਜਿੱਦਾਂ ਗੁਲਾਮਾਬਾਦ ਦਾ ਇੱਕ ਬੋਲਣ ਦਾ ਐਕਸੈਂਟ ਆ, ਉਹਨਾਂ ਦਾ ਹੋਰ। ਆਓ ਜੀ ਭਾਜੀ, ਕੀ ਹਾਲ ਆ ਤੁਹਾਡਾ, ਆ ਜਾਓ, ਉਤਰੇ ਹੋ ਗੱਡੀ ਤੋਂ, ਉਹਨਾਂ ਦਾ ਐਕਸੈਂਟ ਆ। ਇਹਦਾ ਸਟਾਈਲ ਦੇਖਣਾ, ਇਹ ਖਾਨਸਾ ਮਰਾਸੀ ਹੈ ਨਾ, ਮੌਲਾ ਖੈਰ ਰੱਖੇ, ਇਹਨੂੰ ਕਿਸੇ ਨੇ ਦੱਸਤਾ ਨਹਾਉਣ ਲੱਗਿਆ, ਪਹਿਲਾ ਡੱਬਾ ਪਾਣੀ ਦਾ ਸੁੱਟੀਏ ਨਾ ਤੇ ਠੰਡ ਲੱਗ ਜੀ, ਤੇ ਪਹਿਲਾ ਡੱਬਾ ਕੰਧ ਤੇ ਸੁੱਟ ਕੇ ਤੇ ਪਕਾਇਆ। ਜਾਨੀ ਭਾਈ ਦੀ ਬਰਾਤ, ਤੇ ਅੱਧੀ ਬਰਾਤ ਤੁਰ ਕੇ ਯਾਦ ਆਇਆ ਕਿ ਬੂਟ ਤੇ ਗੱਡੀ 'ਚ ਹੀ ਰਹਿ ਗਏ ਨੇ। ਬਾਬਾ ਜੀ ਤੁਸੀਂ ਕੀ ਗੱਲ ਇੱਥੇ, ਖੈਰ ਆ, ਕੋਈ ਹਿਸਾਬ ਕਿਤਾਬ ਕਰਨ ਆਏ ਆ? ਐਡਾ ਸੀਰੀਅਸ ਹੋ ਕੇ ਤੂੰ ਇੰਜ ਬੈਠਾ, ਕੀ ਗੱਲ ਆ? ਮੈਨੂੰ ਖੁਸ਼ੀ ਇੰਨੀ ਹੈ ਕਿ ਮੈਂ ਤੁਹਾਡੇ ਨਾਲ ਬੈਠਾ। ਜੇ ਤੇ ਤੇਰੇ ਜ਼ਿਹਨ 'ਚ ਨਾ ਮੈਂ ਤੈਨੂੰ ਜਾਣ ਲੱਗਿਆ 500 ਦੇਣਾ, ਤੇ ਤੇਰੀ ਗਲਤ ਫਹਿਮੀ, 1 ਰੁਪਈਆ ਨਹੀਂ ਮੈਂ ਦੇਣਾ, ਮੈਂ ਲੈਣਾ ਵੀ ਨਹੀਂ, ਕਿਉਂਕਿ ਤੀ ਨਕਲੀ ਦੇ ਜਾਣਾ। ਅੱਛਾ ਪਾਇਨ, ਤੁਸੀਂ ਤੁਹਾਡੀ ਕੋਈ ਕੁਆਲ ਪਾਰਟੀ ਹੈ? ਇਹਨਾਂ ਨੇ ਨਾ ਕੜੀ ਬਣਾ ਲਈ ਯਾਰ, ਮੈਂ ਪਹਿਲੇ ਜਿਹੜੀ ਗੱਲ ਕੀਤੀ, ਕੋਈ ਕੁਆਲ ਪਾਰਟੀ ਤੁਹਾਡੀ? ਮੈਨੂੰ ਸਮਝ ਨਹੀਂ ਲੱਗੀ। ਨਹੀਂ ਤੁਸੀਂ ਸਾਈਂ ਛਾਦੇ ਵਰਗੇ ਵਾਲ ਰੱਖੇ, ਮੈਂ ਕਿਹਾ ਯਾਰ ਸਾਰਾ ਮੈਂ ਵਾਲਾਂ ਨਹੀਂ ਜੁਗਤਾ ਮਾਰਦਾ ਮੈਂ ਪਾਗਲ। ਯਾਰ ਇੱਧਰ ਅੱਗੇ ਕਰ, ਇੱਧਰ ਇਹ ਦੇਖੋ, ਉੱਧਰ ਇੱਧਰ ਮੇਰੇ ਵੇਖ, ਉਹ ਮੇਰੇ ਵੱਲ ਦੇਖ, ਇਹ ਦੇਖੋ ਨਾਦਰੀਨ, ਮੈਂ ਪਾਗਲ। ਪਰ ਲੋਕਾਂ ਨੇ ਵਾਲ ਰੱਖੇ, ਤੂੰ ਕਰੀਮ ਰੋਲ ਫਿੱਟ ਕਰਾਏ।
ਸਾਰੇ ਮੈਨੂੰ ਵਾਲਾਂ ਦੀ ਜੁਗਤਾਂ ਮਾਰਦੇ ਨੇ। ਤੂੰ ਲੱਕੀ ਕੇ ਬੈਠਾ ਇੰਜ ਕਰਦਾ ਰਹਿੰਦਾ, ਮੈਂ ਪਾਗਲ ਹਾਂ। ਅਗੋ ਮੁੱਛਾਂ ਵੀ ਤੇਰੀਆਂ ਇੰਜ ਜਿਵੇਂ ਬਰਫ਼ ਖਿੱਚਣ ਵਾਲੀ ਕੈਂਚੀ ਹੁੰਦੀ। ਇਹਨਾਂ ਨਾ ਕੜੀ ਪਕਾ ਲਈ, ਕੜੀ ਧੂਪ ਮੇ, ਕੜੀ ਧੂਪ ਮੇ, ਤੇ ਹੁਣ ਘਰ ਘਿਓ ਨਾ ਹੋਏ। ਹਾਂ, ਤੇ ਇਹਨਾਂ ਨੇ ਹੁਣ ਘਰ ਦੇ ਕਹਿੰਦੇ ਯਾਰ ਕੜੀ। ਅੱਛਾ, ਤੂੰ ਮੂੰਹ ਨਾ ਘੱਟ, ਜੁਗਤ ਮਾਰਦਾ ਮਰੇ ਤੂੰ ਝੱਗ ਬਹੁਤੀ ਕੱਢਣ ਲੱਗ ਪੈਣਾ ਜੁਗਤ ਦੀ। ਮੈਂ ਰਲਿਆ ਨਹੀਂ, ਤੂੰ ਇੰਜ ਮਤਲਬ ਸਰਫ ਚ ਮੂੰਹ ਪਾ ਕੇ ਤੇ ਨਾਲ ਕਹੀ ਜਾਣਾ ਇਹਨਾਂ ਨੇ ਇੰਜ ਇੰਜ ਕਰ ਲਿਆ। ਮੈਂ ਰਲਿਆ, ਤੂੰ ਝੱਗ ਕੱਢ ਰਿਹਾ ਜੁਗਤ ਦੀ। ਆ ਵੇ, ਅਗੋ ਘਰਦਿਆਂ ਨੂੰ ਕਹਿੰਦੇ ਕੜੀ ਚ ਪਕੌੜੇ ਪਾਣੇ ਕਿ ਭਿੰਡੀਆਂ ਪਾਣੀਆਂ। ਬਸ ਮੁੱਕ ਗਈ ਆ ਉਹ ਭਾਈ, ਤੈਨੂੰ ਘੰਟਾ ਹੋ ਗਿਆ ਕਹਿ ਰਿਹਾ ਕਿ ਉੱਠ ਪਿਆ, ਉਹਨੂੰ ਪਤਾ ਤੂੰ ਫਿੱਕਾ। ਓਏ ਫੇਰ ਆ ਗਿਆ, ਕੁਲਫੀ ਤੋਂ ਬਗੈਰ ਟੀਲਾ ਹੁੰਦਾ ਮਰੇ। ਅੱਛਾ, ਉਹਨੇ ਜੁਗਤ ਪੁੱਠੀ ਕਰਤੀ, ਜੁਗਤ ਐਸੀ ਤੀਲੇ ਤੋਂ ਬਗੈਰ ਕੁਲਫੀ ਹੁੰਦੀ, ਉਹਨਾਂ ਦੀ ਸਿਹਤ ਵੇਖ ਕੇ ਕੁਲਫੀ ਉੱਥੇ ਰੱਖ ਲਈ ਵਿੱਚੋਂ ਤੀਲਾ ਕੱਢ ਲਿਆ। ਹਾਏ ਵਾਹ, ਇਹਦਾ ਨਾਂ ਕੀ ਬੱਚੇ ਦਾ? ਜ਼ਰਦਾਰੀ। ਲਓ ਜੀ ਨਾਜ਼ਰੀਨ, ਇੱਥੇ ਇੱਕ ਬੱਚਾ ਜ਼ਰਦਾਰੀ ਖੜਾ, ਉਹਨੂੰ ਬ੍ਰੇਕ ਤੋਂ ਬਾਅਦ ਅਸੀਂ ਲਿਆਵਾਂਗੇ। ਜਿਹਨੇ ਹੁਣੇ ਕਹਿਣਾ ਕਹਿੰਦਾ ਜੇ ਏਡਾ ਪਿਆਰਾ ਲੱਗਦਾ ਤੇ ਚੁੰਮੀ ਲੈ ਲਓ, ਤੇ ਜਿਹਨੇ ਕਿਹਾ ਮੈਂ ਤੁਹਾਨੂੰ ਉਹਦਾ ਮੂੰਹ ਵਹਾਉਣਾ ਕਿਆਮਤ। ਬਈ ਕਸਮ ਵਾਲੀ ਗੱਲ ਆ, ਕਸਮ ਵਾਲੀ ਗੱਲ ਆ, ਵਾਹਦ ਇਹਦੀ ਮਾਂ ਹੋਣੀ ਆ ਜਿਹਨੇ ਢਿੱਡੋਂ ਬੱਚਾ ਜੰਮ ਕੇ ਅੱਜ ਤੱਕ ਨਹੀਂ ਚੁੰਮਿਆ ਹੋਣਾ। ਮੈਂ ਤੁਹਾਨੂੰ ਸ਼ਕਲ ਵਹਾਉਣਾ, ਠਹਿਰ ਜਾਓ ਜ਼ਰਾ, ਬ੍ਰੇਕ ਤੋਂ ਬਾਅਦ ਆਉਂਦੇ ਹਾਂ। ਲੈ ਜੀ ਨਾਜ਼ਰੀਨ, ਵੈਲਕਮ ਬੈਕ ਨਾਜ਼ਰੀਨ ਪ੍ਰੋਗਰਾਮ ਦੁਬਾਰਾ ਖੁਸ਼ ਆਮਦੀ ਤੋਂ। ਬੱਚਾ ਇਹ ਨਾਜ਼ਰੀਨ ਹੈ, ਹਾਜ਼ਰ ਆ, ਇਹ ਕੈਮਰੇ 'ਚ ਦੇਖ, ਉੱਧਰ ਦੇਖ ਬੇਟਾ, ਬਸ ਬਹੁਤਾ ਨਹੀਂ ਦੇਖਣਾ ਮਰੇ, ਲੈਂਸ ਨਾ ਖਰਾਬ ਕਰ। ਰੋਸ਼ਨੀ ਬਹੁਤ ਪੈਣ। ਅੱਛਾ, ਤੂੰ ਬਾਹਰ ਖਲੋਤੇ ਸਾਨਾ ਕੀਤਾ ਮਜ਼ਾਕ, ਹੁਣ ਤੂੰ ਬੇਟਾ ਗੁੱਸਾ ਨਹੀਂ ਕਰਨਾ, ਸਮਝ ਆ ਗਈ? ਸਾਰੀ ਦੁਨੀਆਂ ਦੇ ਬੱਚਿਆਂ ਨੂੰ ਮਾਵਾਂ ਜਦੋਂ ਵੇਖਦੀ ਨਾ, ਮਾਸੀਆਂ ਫੁੱਫੀਆਂ ਆ ਕੇ ਸਾਡੇ ਭਤੀਜਾ ਭਾਂਜਾ ਜਾਂਦੀਆਂ, ਕਹਿੰਦੀ ਨਹੀਂ ਮੈਨੂੰ ਦਹਾ ਦੀ ਕਿੱਥੇ, ਨਹੀਂ ਮੈਂ ਤੇ ਘਰੋਂ ਜਿੱਦਾਂ ਪਹੁੰਚੀ ਆ ਸੱਤਾਂ ਤੱਕ ਮੇਰਾ ਤਾਂ ਰਸਤਾ ਹੀ ਨਹੀਂ ਸੀ ਮੁੱਕਣ ਦਿਆ। ਉਹਨੇ ਜਦੋਂ ਇੰਝ ਕੀਤਾ, ਉਹਨੇ ਕਿਹਾ ਆਹ ਦੇਖ, ਤੈਨੂੰ ਦੇਖ ਕੇ ਕਹਿੰਦੀ ਹਾਏ ਨਹੀਂ ਮੈਂ ਸੱਦ। ਪਤਾ ਕੀ, ਮੁਹੱਲੇ 'ਚ ਫੌਤਗੀ ਹੋਈ, ਮੈਂ ਉੱਥੇ ਵੀ ਜਾਣਾ ਵਾ, ਇਹਦਾ ਕਰਕੇ ਮੈਨੂੰ 3-4 ਕਿਲੋਮੀਟਰ ਤੋਂ ਬੁਲਾ ਲਿਆ ਮਰੇ। ਤੇ ਤੂੰ ਬਸ ਸਣਾ ਸੀ ਠੀਕ ਆ, ਦੇ ਦਿੰਦੀ ਵੀ ਹੋ ਗਿਆ ਵਾ, ਹੈ ਨਾ? ਐਦਾ ਅੱਛਾ, ਰੰਗ ਕਾਲਾ ਤੇ ਨਕਸ਼ੇ ਨੈਣ ਸੋਹਣੇ ਲੱਗ ਰਹੇ, ਉਹ ਅਟ੍ਰੈਕਸ਼ਨ ਹੈ। ਨਾਂ ਕਿਆ ਆਪਕਾ? ਸ਼ਰੂਨ। ਕਿੱਥੋਂ ਸ਼ਰੂਨ ਤੇ ਕਿੱਥੇ ਖਤਮ ਮਰੇ, ਸ਼ਰੂਨ ਕਿੱਥੇ? ਅੱਛਾ, ਸ਼ਰੂਨ ਦਾ ਮਤਲਬ ਕੀ ਆ, ਇਹ ਮਤਲਬ ਆ? ਅੱਛਾ, ਯਾਨੀ ਤੈਨੂੰ ਬੁਲਾਉਣਾ ਹੋਵੇ ਤੇ ਲੋਕੀ ਕਹਿੰਦੇ ਨੇ ਕਿੱਥੇ ਆ, ਹੈਂ? ਨਾ ਸ਼ਰੂਨ ਉਂਝ ਲਾੜ ਨਾ ਘਰ ਨੂੰ ਬਤਾਉਂ ਬਤਾਉਂ ਕਹਿੰਦੇ। ਲੈ ਜੀ, ਲਓ ਜੀ ਇਹ ਗੱਲ ਆ, ਰੋਬਨ ਨੂੰ ਕੁਛ ਨੀ ਕਹਿਣਾ ਓਏ, ਓਏ ਰੋਬਨ, ਬਈ ਰੋਬਨ ਤੁਹਾਡੀ ਸਿਹਤ ਵੇਖ ਕੇ ਇੰਝ ਲੱਗਦਾ ਗੰਡੇਰੀਆਂ ਕੱਟਣ ਵਾਲਾ ਪਲਾਸ ਹੁੰਦਾ। ਪਲਾਸ ਨਹੀਂ ਹੁੰਦਾ ਉਹ, ਇੰਝ ਕਰਕੇ ਉਹਦੀਆਂ ਆਹ ਮੁੱਛਾਂ ਵਰਗਾ ਹੁੰਦਾ ਇੰਝ ਕਰਕੇ, ਆਹੋ। ਲਓ ਜੀ, ਅੱਛਾ ਭੈਣ ਤੁਹਾਡਾ ਕੀ ਨਾਮ? ਹਨਾਨ। ਹਨੀ। ਹਨੀ, ਮੁਹੱਲੇ 'ਚ ਹਨੀ ਕਹਿੰਦੇ। ਅੱਛਾ, ਮੁਹੱਲੇ 'ਚ ਹਨੀ ਕਹਿੰਦੇ? ਹਾਂਜੀ। ਹਨੀ ਸ਼ਹਿਦ ਨੂੰ ਕਹਿੰਦੇ? ਹਾਂਜੀ। ਅੱਛਾ, ਤੁਸੀਂ ਉਹ ਸ਼ਹਿਦ ਆੜਾ ਕਹਿੰਦੇ ਯਾਰ, ਸ਼ਹਿਦ ਹੀ ਆ ਗਏ ਸ਼ਹਿਦ? ਨਹੀਂ ਨਹੀਂ, ਇਹ ਦੂਜਾ ਸ਼ਹਿਦ ਨਹੀਂ ਹੈਗਾ। ਹਾਂਜੀ, ਇਹ ਉਹ ਭੁਲੇਖੇ ਵਾਲਾ ਸ਼ਹਿਦ, ਛੋਟੀ ਮੱਖੀ ਦਾ ਸ਼ਹਿਦ, ਹੈਨਾ? ਛੋਟੀ ਮੱਖੀ ਦਾ ਯਾਰ। ਅੱਛਾ ਹਾਂ, ਕੋਈ ਕੋਈ ਗੱਲ ਇੱਧਰ ਦੇਵੇ, ਜੇ ਤੈਨੂੰ ਅੱਲਾ ਇੱਦਾਂ ਦੇ 10 ਪੁੱਤਰ ਦੇਵੇ, ਇੱਕ ਵੀ ਨਹੀਂ ਕਬੂਲ, ਹੈ? ਜੇ ਤੈਨੂੰ ਅੱਲਾ ਇੱਦਾਂ ਦੇ 10 ਪੁੱਤਰ ਦੇਵੇ,
ਤਿੰਨੋ ਵੰਡ ਦਾਂਗਾ। ਇੱਕ ਵਾਰੀ ਭਾਈ ਡੋਬਨ ਨੇ ਵੀ ਵਾਸ਼ਰੂਮ ਚ ਬਹਿ ਕੇ ਪਾਨ ਖਾਂਦੇ ਮੈਂ ਬੋਣੀ ਆਂਦੀ ਕਹਿੰਦਾ ਖੁਸ਼ਬੋ ਵਾਲਾ ਲਵਾਇਆ। ਓਏ ਅੱਜ ਜਿਹੜਾ ਪ੍ਰੋਗਰਾਮ ਚੱਲ ਰਿਹਾ ਨਾ ਐਸ ਐਮ ਟੀਵੀ ਤੇ, ਇਹ ਹਫਤੇ ਨੂੰ ਚੱਲ ਰਿਹਾ 11 ਵਜੇ, ਤੇ ਜਿਹੜੇ ਤੇਰੇ ਵਾਲਦਾ ਨੇ ਨਾ, ਮੈਂ ਉਹਨਾਂ ਨੂੰ ਕਹਿ ਰਿਹਾ ਕਿ ਇਹਦੀ ਟੈਨਸ਼ਨ ਨਹੀਂ ਲੈਣੀ, ਅਸੀਂ ਇਹਨਾਂ ਸਿਰਫ ਮਜ਼ਾਕ ਕਰ ਰਹੇ ਹਾਂ, ਬੜਾ ਪਿਆਰਾ ਬੱਚਾ, ਇਹਦੀ ਸਮਾਈਲ ਬਹੁਤ ਅੱਛੀ ਹੈ, ਤੁਸੀਂ ਦਿਲ ਤੇ ਹੈ ਇਹਨੂੰ ਘਰੋਂ ਬਾਹਰ ਕੱਢ ਦਿਓ। ਪਹਿਲੇ ਪੁੱਛ ਤਾਂ ਲਾ ਕਿੰਨੇ ਇਦਾਂ ਦੇ ਭਰਾ ਨੇ, ਇੱਕ ਨੂੰ ਕੱਢ ਕੇ ਬਾਕੀਆਂ ਦਾ ਕਰਨਗੇ, ਚਾਰ ਪਾ ਲੈਣਗੇ, ਚਾਰ ਇੱਕ ਜਗ੍ਹਾ ਪਾ ਲੈਣਗੇ, ਚਾਰ ਇੱਕ ਜਗ੍ਹਾ ਪਾ ਲੈਣਗੇ। ਠੀਕ ਆ, ਹਾਂਜੀ, ਕੋਈ ਤੁਹਾਨੂੰ ਜੁਗਤ ਆਉਂਦੀ ਇਹਨਾਂ ਘਰ ਚੋਰ ਆ ਗਏ ਇੱਦਾਂ ਦੀ ਕੋਈ? ਹਾਂਜੀ, ਇਹਨਾਂ ਘਰ ਚੋਰ ਆ ਗਏ, ਵੇਟ ਵੇ ਰਹੇ ਮੁੰਡੇ ਦਾ ਬਦਨ ਕਿੰਨਾ ਵੇ, ਹਾਂ ਇਹਨਾਂ ਘਰ ਚੋਰ ਆ ਗਏ, ਬੱਤੀ ਬੰਦ ਸੀ, ਇਹਨਾਂ ਚੋਰ ਫੜ ਗਏ ਉੱਤੇ ਬਹਿ ਗਏ, ਚੋਰ ਦੇ ਚੋਰ ਨੂੰ ਫੜ ਕੇ ਰਹੇ, ਕਿਸੇ ਜੁੱਤੀ ਨਹੀਂ ਲੱਭਣ ਦੀ, ਪੁਲਿਸ ਨੂੰ ਲੈਣ, ਹੁਣ ਸਾਰੇ ਇੱਧਰ ਜੁੱਤੀ ਲੱਭਣ, ਇਹਨੇ ਬੱਤੀ ਬੰਦ ਹੋ ਗਈ, ਚੋਰ ਤੇਰਾ ਫੁੱਲ ਬਦਨ, ਚੋਰ ਥੱਲੇ ਜਾਨ ਨਿਕਲਣ ਵਾਲੀ ਹੋਈ, ਚੋਰ ਥੱਲੋਂ ਕਹਿੰਦਾ ਕਹਿੰਦਾ ਅਮੀ ਜੁੱਤੀ ਨਹੀਂ ਲੱਭਣ ਦੀ, ਪੁਲਿਸ ਵਾਲੇ ਇਹ ਕਹਿੰਦਾ ਕਹਿੰਦਾ ਅਮੀ ਜੁੱਤੀ ਨਹੀਂ ਲੱਭਣ ਦੀ, ਉਹ ਥੱਲੋਂ ਕਹਿੰਦਾ ਮੇਰੀ ਪਾ ਜਾ ਜਾਨ ਛੱਡ ਮੇਰੀ, ਹੈਨਾ ਟੈਨਸ਼ਨ ਨਹੀਂ ਲੈਣੀ, ਖੂਬਸੂਰਤ ਲੱਗ ਰਿਹਾ ਨਾ, ਕਸ਼ਿਸ਼ ਆ, ਰੰਗ ਭਾਵੇਂ ਕਾਲਾ ਵਾ ਲੇਕਿਨ ਨਕਸ਼ਨੈਣ ਵੀ